ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਿੱਖ ਫੋਰ ਹਮਿਊਨਿਟੀ ਨਾਲ ਜੁੜੇ ਹਾਂ ਤਕਰੀਬਨ ਸਵਾ ਕ ਸਾਲ ਤੋਂ ਅਸੀਂ ਜਦੋਂ ਤੋਂ ਕਰੋਨਾ ਟਾਈਮ ਆਇਆ ਹੈ ਉਸ ਤੋਂ ਅਸੀਂ ਸ਼ੁਰੂ ਕੀਤਾ ਪਹਿਲਾ ਮਾਸਕ ਦਾ ਆਪਣੇ ਜਿੰਨੇ ਵੀ ਹਸਪੀਟਲਸ ਹਨ ਕਲੀਨਿਕਸ ਹਨ ਸਾਰਿਆਂ ਵਿੱਚ ਅਸੀਂ ਪਹਿਲਾ ਮਾਸਕ ਦਾ ਡੋਨੇਟ ਕੀਤਾ ਤੇ ਫੂਡ ਵੀ ਡੋਨੇਟ ਕੀਤਾ ਫਰੈਂਚ ਕੈਂਪ ਹਸਪੀਟਲ ਵਿੱਚ ਤੇ ਉਸ ਤੋਂ ਬਾਅਦ ਜਦੋਂ ਤੋਂ ਵੈਕਸੀਨ ਸ਼ੁਰੂ ਹੋਈ ਹੈ ਉਹਦੇ ਵਿੱਚ ਅਸੀਂ ਪਹਿਲਾਂ ਉਥੇ ਟੈਂਟ ਲਾ ਕੇ ਆਪਣਾ ਇਹਨੂੰ ਕਵਰ ਕਰ ਰਹੇ ਸੀ ਪਰ ਇੱਥੇ ਟਰੇਸੀ ਵਿਖੇ ਹਵਾ ਬਹੁਤ ਚੱਲਦੀ ਹੈ ਇਸ ਕਰਕੇ ਸਾਨੂੰ ਹੁਣ ਇੱਥੇ ਸ਼ਿਫਟ ਕਰਨਾ ਪਿਆ ਸਕੂਲ ਵਿੱਚ ਤੇ ਸਾਨੂੰ ਇਸ ਨਾਲ ਹਵਾ ਨਾਲ ਬਹੁਤ ਘਟਨਾਈ ਆਈ ਅਸੀਂ ਹਵਾ ਦਾ ਰੁਖ ਦੇਖਦਿਆਂ ਹੋਇਆਂ ਅਸੀਂ ਸਕੂਲ ਵਿੱਚ ਸ਼ਿਫਟ ਕੀਤਾ ਤੇ ਇੱਥੇ ਡੇਲੀ ਹਰ ਰੋਜ਼ ਤਕਰੀਬਨ 400 ਤੋਂ 500 ਵੈਕਸੀਨ ਡੇਲੀ ਲੱਗ ਰਹੀ ਹੈ ਦੋ ਵੀਕਾਂ 600 ਤੋਂ 700 ਵੈਕਸੀਨ ਲੱਗੀ ਸੋ ਕੋਵਿਡ ਵੈਕਸੀਨ ਦੇ ਸ਼ਾਰਟਸ ਲੱਗ ਰਹੇ ਹਨ ਤੇ 1 ਮਹੀਨੇ ਤੋਂ ਉੱਪਰ ਹੋ ਗਿਆ ਹੈ ਅਸੀਂ 10000 ਤੋਂ ਉੱਪਰ ਵੈਕਸੀਨ ਸ਼ਾਰਟ ਲਾ ਚੁੱਕੇ ਹਾਂ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਉਹ ਜ਼ਰੂਰ ਵੈਕਸੀਨ ਲਵਾਓ ਤਾਂ ਜੋ ਆਪਾਂ ਆਪਣੀ ਕਮਿਊਨਿਟੀ ਨੂੰ ਜਲਦੀ ਤੋਂ ਜਲਦੀ ਓਪਨ ਕਰ ਸਕੀਏ ਤੇ ਆਪਣੀ ਲਾਈਫ ਨੂੰ ਬੈਕ ਟੂ ਨਾਰਮਲ ਕਰ ਸਕੀਏ ਹੈਲੋ ਦਿਸ ਇਜ਼ ਬਿਲ ਬਾਰਨਹਾਰਟ ਕਮਿੰਗ ਟੂ ਯੂ ਫਰਮ ਦ ਸਿੱਖ ਟੈਂਪਲ ਹੇਅਰ ਇਨ ਮਾਂਟਿਕਾ ਕੈਲੀਫੋਰਨੀਆ ਆਮ ਏ Uh, resident of the Doe Web here in Manteca, where it's all senior community, 55 and older. Uh, this is the, today is the second vac vaccination of the Pfizer shot. Uh, we did the first vaccination approximately three weeks ago, and we averaged about 500 or so uh, people a day on the vaccinations. This is a great opportunity for the community to come and, and get their shots. Uh, we're doing it, the second vaccine to all this week. And uh, if you have appointments or you already have your first shot, you are welcome to come. Uh, I'm a senior, I'm 70 years old, and I've had both of my vaccinations. I had slight chills on the second one for a couple hours, but other than that, no reaction whatsoever. I think it's the best thing you can do for both you and for your family. If you want to get together with your family, with your grandkids, you need to get both of your shots, and so that you're free.

ਠੀਕ ਠਾਕ ਰਹਿਣਾ ਸਾਰੀ ਸੰਗਤ ਨੂੰ ਮੇਰੇ ਪੰਜਾਬੀ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਸਾਰਿਆਂ ਨੂੰ ਵੱਧ ਚੜ ਕੇ ਜਲਦੀ ਤੋਂ ਜਲਦੀ ਇੰਜੈਕਸ਼ਨ ਲਵਾਉਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰਨਾਨ ਨ ਪ੍ਰਕਾਸ਼ ਦੇ ਨਾਲੇ ਹੋਰ ਵੀ ਗੁਰਦੁਆਰੇ ਜਿਹੜੇ ਲੋਕਲ ਹੈਗੇ ਨੇ ਕਾਉਂਟੀ ਦੇ ਵਿੱਚ ਜਾਂ ਬੇਰੀਏ ਦੇ ਵਿੱਚ ਉਹਨਾਂ ਨੇ ਰਲ ਕੇ ਇਹ ਹੰਬਲਾ ਮਾਰਿਆ ਕਿ ਇਹਨਾਂ ਇਸ ਕਾਉਂਟੀ ਇਸ ਏਰੀਏ ਦੇ ਵਿੱਚ ਵੈਕਸੀਨ ਨਹੀਂ ਆ ਰਹੀ ਸੀਗੀ ਤਾਂ ਅਸੀਂ ਇਹਨਾਂ ਨਾਲ ਮਿਲ ਕੇ ਇੱਥੇ ਵੈਕਸੀਨ ਦੇ ਕੈਂਪਸ ਲੈ ਕੇ ਆਏ ਹੈਗੇ ਆ ਤਕਰੀਬਨ 30 ਦੇ ਵਿੱਚ ਅਸੀਂ 20 7th of ਜਿਹੜੀ ਹੈਗੀ ਆ ਮਾਰਚ ਦੇ ਵਿੱਚ ਇਹ ਪਹਿਲਾ ਕੈਂਪ ਲਗਾਇਆ ਸੀਗਾ ਉਸ ਦਿਨ ਤੋਂ ਲਗਾਤਾਰ ਹੀ ਤਕਰੀਬਨ ਵੀਕਡੇਜ਼ ਆ ਵੀਕਐਂਡ ਦੇ ਉੱਤੇ ਇੱਥੇ ਵੈਕਸੀਨ ਲੱਗਦੀ ਆ ਤਕਰੀਬਨ ਅਸੀਂ ਸਨਮਕੀਨ ਕਾਉਂਟੀ ਹੈਲਥ ਸਰਵਿਸੇਸ ਆਫਿਸ ਆਫ ਅਮਰਜੈਂਸੀ ਸਰਵਿਸੇਸ ਜਿਹੜੀ ਕੈਲੀਫੋਰਨੀਆ ਨੇ ਉਹਨਾਂ ਨਾਲ ਰਲ ਕੇ ਤਕਰੀਬਨ 400 ਤੇ 500 ਤੋਂ 400 ਵੈਕਸੀਨਸ ਰੋਜ਼ ਲੱਗ ਰਹੀ ਹੈਗੀ ਇੱਥੇ ਪਹਿਲਾ ਸ਼ੁਰੂ ਹੋਇਆ ਸੀ ਉਪਰਾਲਾ ਇਹ ਸਾਡਾ ਸਿਕਸ ਕਮਿਊਨਿਟੀ ਦਾ ਗੁਰੂਕਰ ਫਰੀਮਾਉਂਟ ਤੋਂ ਉੱਥੇ ਅਸੀਂ ਜੌਨਸਨ ਜੌਨਸਨ ਦੀ ਵੈਕਸੀਨ ਦਾ ਕੰਮ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਟ੍ਰੇਸੀ ਗੁਰੂ ਘਰ ਮੰਟੀਕਾ ਗੁਰਮਤਿ ਪ੍ਰਕਾਸ਼ ਗੁਰਦੁਆਰਾ ਸਾਹਿਬ ਫਿਰ ਸਟਾਕਟਨ ਦੇ ਜਿਹੜੇ ਨੇ ਸਟਾਕਟਨ ਗੁਰਦੁਆਰਾ ਸਾਹਿਬ ਲੋਡਾਇਕ ਗੁਰਦੁਆਰਾ ਫਿਰ ਅਸੀਂ ਸੰਡੇ ਨੂੰ ਪਿਛਲੇ ਸੰਡੇ ਨੂੰ ਅਸੀਂ ਇੱਕ ਕੈਂਪ ਲਗਾਇਆ ਸੀਗਾ ਲੈਵਰਮੋਰ ਗੁਰੂ ਘਰ ਦੇ ਵਿੱਚ ਤੇ ਨਾਲ ਦੀ ਨਾਲ ਕੱਲ ਇੱਕ ਛਡਾ ਕੈਂਪ ਫ੍ਰਿਜਨੋ ਸਿੰਘ ਸਾਹਿਬ ਵਾਲੀ ਯੂਨੀਵਰਸਿਟੀ ਸਿੱਖ ਇੰਸਟੀਚਿਊਟ ਕਹਿੰਿਆ ਗਿਆ ਹੈ ਉੱਥੇ ਵੀ ਤਕਰੀਬਨ 700 ਵੈਕਸੀਨ ਲਗਾਈਆਂ ਗਈਆਂ ਨੇ ਮੈਂ ਸਮਝਦਾ ਕਿ ਵੀ ਸਾਰਿਆਂ ਨੂੰ ਜ਼ਰੂਰੀ ਆ ਕਿ ਵੀ ਜੇ ਇਕਨੋਮੀ ਨੂੰ ਖੋਲਣਾ ਹੈਗਾ ਬਿਜ਼ਨਸ ਨੂੰ ਖੋਲਣਾ ਹੈਗਾ ਬੱਚੇ ਆਪਣੇ ਸਕੂਲ ਪੜਨ ਜਾਣ ਦੁਬਾਰਾ ਆਪਾਂ ਖੁੱਲ ਕੇ ਇੱਕ ਦੂਜੇ ਨਾਲ ਜੁੜੀਏ ਤੇ ਮੈਂ ਸਾਰਿਆਂ ਨੂੰ ਪੂਰ ਜੋਰ ਰਪੋਰਟ ਅਪੀਲ ਕਰਦਾ ਕਿ ਵੀ ਸਾਰੇ ਹੀ ਜਿਹੜੇ ਵੈਕਸੀਨ ਲਾਉਣਾ ਚਾਹੁੰਦੇ ਨੇ ਪਲੀਜ਼ ਵੈਕਸੀਨ ਲਗਾਓ ਹੁਣ ਵੈਕਸੀਨ ਅਵੇਲੇਬਲ ਹੈਗੀਆਂ ਨੇ ਇਹਦਾ ਕੋਈ ਜ਼ਿਆਦਾ ਸਾਈਡ ਇਫੈਕਟ ਨਹੀਂ ਹੈਗਾ ਇਸ ਲੋਕੇਸ਼ਨ ਤੇ ਅਸੀਂ ਤਕਰੀਬਨ ਪਿਛਲੇ ਫਰਾਈਡੇ ਨੂੰ 10000 ਵੈਕਸੀਨ ਕ੍ਰਾਸ ਕਰ ਦਿੱਤੀ ਹੈਗੀ ਆ ਤੇ ਮਿਲ ਮਲਾ ਕੇ ਸਵਾ ਮਹੀਨੇ ਦੇ ਵਿੱਚ ਸਿਕਸ ਹਿਊਮਿਨਿਟੀ ਨੇ ਉਪਰਾਲਾ ਕਰਕੇ 22000 ਜਿਹੜੀ ਵੈਕਸੀਨ ਸਾਰੀ ਕਮਿਊਨਿਟੀ ਨੂੰ ਲਗਾ ਦਿੱਤੀ ਹੈ ਇච් ਕੱਲਾ ਜ਼ਰੂਰੀ ਨਹੀਂ ਹੈਗਾ ਕਿ ਸਿਕ ਕਮਿਊਨਿਟੀ ਆ ਰਹੀ ਆ ਜਾਂ ਪੰਜਾਬੀ ਕਮਿਊਨਿਟੀ ਆ ਰਹੀ ਆ ਇੱਥੇ ਲਾਰਜ ਜਿਹੜੀ ਕਮਿਊਨਿਟੀ ਹੈਗੀ ਆ ਉਹ ਵੱਧ ਚੜ ਕੇ ਆ ਰਹੀ ਆ ਈਵਨ ਸਾਡੇ ਵੋਲੰਟੀਅਰ ਨੇ ਜਿਹੜੇ ਹੋਰਾਂ ਕਮਿਊਨਿਟੀ ਤੋਂ ਸਾਡੇ ਨਾਲ ਕੰਮ ਕਰਦੇ ਆ ਆਉਂਦੇ ਪਏ ਨੇ ਇੱਕ ਮੈਂ ਤੁਹਾਨੂੰ ਜ਼ਰੂਰੀ ਦੱਸਣਾ ਮੰਗਦਾ ਕਿ ਜਿਹੜੀ ਅਸੀਂ ਲਿਵਰਮੋਰ ਦੇ ਵਿੱਚ ਵੈਕਸੀਨ ਡਰਾਈਵ ਕੀਤੀ ਸੀਗੀ ਉਹ ਵੈਕਸੀਨ ਡਰਾਈਵ ਅਸੀਂ ਜਿਹੜੀ 베ਅਰੀਆ ਸੈਨ ਫਰਾਂਸਕੋ 베ਅਰੀਆ ਤਮਲ ਐਸੋਸੀਏਸ਼ਨ ਮਨਰਮ ਜੀ ਨੂੰ ਕਹਿੰਦੇ ਹੈਗੇ ਆ ਜਿਹਦਾ ਤਕਰੀਬਨ 2500 ਪਰਿਵਾਰ ਜੁੜਿਆ ਹੈ ਜਿਹਦੇ ਨਾਲ ਉਹਨਾਂ ਨਾਲ ਮਿਲ ਕੇ ਅਸੀਂ 690 ਨੇ ਗੁਰਦਵਾਰ ਸਾਹਿਬ ਫ੍ਰੀ ਮਾਡ ਨੇ ਮਿਲ ਕੇ ਇਹ ਵੈਕਸੀਨ ਦੀ ਡਰਾਈਵ ਕੀਤੀ ਸੀਗੀ ਹੋਰ ਵੀ ਜਿਵੇਂ ਜਿਵੇਂ ਜ਼ਰੂਰਤ ਪੈਂਦੀ ਆ ਜਿਵੇਂ ਜਿਵੇਂ ਵੈਕਸੀਨ ਜਿਹੜੀਆਂ ਡੋਜ਼ ਨੇ ਸਾਨੂੰ ਕਾਉਂਟੀ ਤੋਂ ਵਾਲੇ ਕੋਟ ਹੁੰਦੀਆਂ ਨੇ ਅਸੀਂ ਹੋਰ ਵੀ ਸਾਈਟਾਂ ਖੋਲਦੇ ਪਏ ਆਂ ਹੋਰ ਵੀ ਅਸੀਂ ਗੁਰੂ ਘਰਾਂ ਨੂੰ ਰਿਕੁਐਸਟ ਕਰਦੇ ਪਏ ਆ ਕਿ ਵੀ ਜਿੱਥੇ ਵੀ ਲੋੜ ਆ ਅਸੀਂ ਆਪਣੇ ਵਲੰਟੀਰੀ ਲਿਆ ਕੇ ਜਾਂ ਉਹਨਾਂ ਦੇ ਸੇਵਾਦਾਰਾਂ ਦੇ ਨਾਲ ਅਸੀਂ ਇਹ ਵੈਕਸੀਨ ਦੀ ਡਰਾਈਵ ਜਾਰੀ ਰੱਖਾਂਗੇ ਜਿੰਨੀ ਦੇਰੇ ਕੋਵਿਡ ਬੀਟ ਨਹੀਂ ਹੁੰਦਾ ਹੁਣ ਤੁਸੀਂ ਦੇਖੋ ਆਪਣੇ ਪਿਛੇ ਮੁਲਕ ਇੰਡੀਆ ਦੇ ਵਿੱਚ ਕੀ ਹਾਲਾਤ ਨੇ ਜਿੱਥੇ ਕਿ ਇੱਕਦਮ ਹੀ ਐਪੀਡੈਮਿਕ ਪੈਨਡੈਮਿਕ ਵੱਲ ਚੁੱਕਿਆ ਅਸੀਂ ਨਹੀਂ ਚਾਹੁੰਦੇ ਕਿ ਵੀ ਉਹ ਹਾਲਾਤ ਇੱਥੇ ਵੜਨ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਆ ਕਿ ਭਾਈ ਹਰ ਤਾਂ 16 ਸਾਲ ਤੋਂ ਉੱਤੇ ਵੀ ਜਿਹੜੇ ਹੈਗੇ ਨੇ ਉਹਨਾਂ ਦੇ ਬੱਚਿਆਂ ਦੇ ਵੈਕਸੀਨ ਇਹ ਜਿਹੜਾ ਫਾਈਜ਼ਰ 1 ਤੇ 1 2 ਡੋਜ਼ ਲੱਗਦੀਆਂ ਹੈਗੀਆਂ ਨੇ ਮੈਂ న్యూਸ ਸੁਣੇ ਦੇਖ ਰਿਹਾ ਸੀਗਾ ਕਿ ਨੈਕਸਟ ਵੀਕ ਤੋਂ ਫਾਈਜ਼ਰ ਦੀ ਡੋਜ਼ ਜਿਹੜੀ ਹੈਗੀ ਆ 12 ਸਾਲ ਤੋਂ ਉੱਤੇ ਦੇ ਬੱਚਿਆਂ ਨੂੰ ਵੀ ਲੱਗ ਜਾਣੀ ਆ ਤੇ ਮੈਂ ਸਾਰਿਆਂ ਨੂੰ ਦੁਬਾਰਾ ਫੇਰ ਰਿਕਵੈਸਟ ਕਰਦਾ ਆਪਣੇ ਰਿਸ਼ਤੇਦਾਰਾਂ ਨੂੰ ਭਾਈਆਂ ਨੂੰ ਸਾਰਿਆਂ ਨੂੰ ਦੱਸੋ ਕਿ ਵੀ ਇੱਥੇ ਆ ਕੇ ਆਪਣੇ ਗੁਰੂ ਘਰਾਂ ਨੂੰ ਕੰਟੈਕਟ ਕਰੋ ਤੇ ਵੈਕਸੀਨ ਲਗਵਾ ਜ਼ਰੂਰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵੰਤ ਸਿੰਘ ਸ਼ਾਦ ਅਰਜ਼ ਕਰ ਰਿਹਾ ਹੈ ਇੱਥੇ ਮਨਟਿੱਕੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪਿਛਲੇ ਡੇਢ ਮਹੀਨੇ ਤੋਂ ਜਿਹੜੀ ਕੋਵਿਡ ਵੈਕਸੀਨੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਬਹੁਤ ਹਮ ਹਮਾ ਕੇ ਲੋਕ ਪਹੁੰਚੇ ਆ ਤੇ ਨਾਲ ਦੀ ਨਾਲ 6 ਫਾਰ ਹਿਊਮਨਿਟੀ ਦਾ ਜਿਹੜਾ ਇਹ ਉਪਰਾਲਾ ਹੈ ਇਹਨਾਂ ਨੇ 6 ਫਾਰ ਹਿਊਮਨਿਟੀ ਨੇ ਤਕਰੀਬਨ ਹੁਣ ਤੱਕ ਜਿੰਨੇ ਵੀ ਬੇਅਰੀਏ ਜਾਂ ਬਾਹਰਲੇ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਨੇ ਉੱਥੇ ਜਾ ਕੇ ਸਾਰੇ ਵਲੰਟੀਅਰਸ ਨੇ ਤਨਮਨ თან ਦੇ ਨਾਲ ਬੜਾ ਹੀ ਵੱਡਾ ਯੋਗਦਾਨ ਦਿੱਤਾ ਹੈ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਹੈਗੀਆਂ ਬਹੁਤ ਸਾਰੀਆਂ ਅਜਿਹਾਂ ਸੰਸਥਾਵਾਂ ਨੇ ਜਿਹੜੀਆਂ ਤੁਹਾਨੂੰ ਵੈਕਸੀਨੇਸ਼ਨ ਮੁਹੱਈਆ ਕਰਵਾਉਂਦੀਆਂ ਨੇ ਪਰ ਉਹਨਾਂ ਦਾ ਜਿਹੜਾ ਪ੍ਰਬੰਧ ਕਰਨਾ ਉਹ ਕੋਈ ਛੋਟੀ ਗੱਲ ਨਹੀਂ ਗਈ ਸੋ ਇਹ ਇੱਕ ਜਥੇਬੰਦੀ ਦਾ ਹੀ ਕੰਮ ਹੈ 6 ਫਾਰ ਹਿਊਮੈਨਿਟੀ ਜਿਹੜੀ ਆ ਵਾਇਰਸ ਹੋਰ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਉਦਮ ਬਖਸ਼ੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਜਿਹੜਾ ਇਹ ਸੇਵਾ ਜਿਹੜੀ ਆ ਨਿਭਾਈ ਜਾ ਚੁੱਕੀ ਆ ਤੇ ਰੋਜ਼ ਤਕਰੀਬਨ ਇਹ ਜਿਹੜੇ ਪਾਰਕਿੰਗ ਅਲਰਟ ਭਰੇ ਹੁੰਦੇ ਆ ਤੇ ਇਧਰ ਤੁਸੀਂ ਜੇਕਰ ਦੇਖੋਗੇ ਮੇਰੇ ਖੱਬੇ ਹੱਥ ਟੈਂਟ ਬਿਲਕੁਲ ਭਰਿਆ ਹੋਇਆ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਆ ਕੱਲੇ ਪੰਜਾਬੀ ਨਹੀਂ ਜਿੰਨੀਆਂ ਵੀ ਅਮਰੀਕਨ ਕਮਿਊਨਿਟੀਜ਼ ਆ ਉਹ ਸਾਰੀਆਂ ਇੱਥੇ ਆ ਕੇ ਇਹ ਸੇਵਾ ਦਾ ਲਾਹਾ ਲੈ ਰਹੀਆਂ ਤੇ ਜਿਨ੍ਹਾਂ ਨੇ ਹੁਣ ਤੱਕ ਇਹ ਟੀਕੇ ਨਹੀਂ ਲਗਵਾਏ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਇਸ ਤੋਂ ਬਿਨਾ ਆਪਣੇ ਕੋਲ ਚਾਰਾ ਕੋਈ ਨਹੀਂਗਾ ਇੱਕੋ ਇੱਕ ਜੇ ਕੋਈ ਸਹਾਰਾ ਬਣਿਆ ਤਾਂ ਉਹ ਸਾਨੂੰ ਇਹ ਆ ਕਿ ਟੀਕੇ ਲਵਾਉਣੇ ਪੈਣੇ ਆ ਕਈਆਂ ਨੂੰ ਲੱਗਦਾ ਕਿ ਜ਼ਰੂਰੀ ਨਹੀਂਗੇ ਪਰ ਬੇਨਤੀ ਆ ਤੁਹਾਡੇ ਚਰਨਾਂ 'ਚ ਕਿ ਇਹ ਜ਼ਰੂਰ ਲਵਾਓ ਕਿਉਂਕਿ ਕੱਲ ਨੂੰ ਸਰਕਾਰ ਨੇ ਕੋਈ ਤਾਂ ਦਾ ਕਾਨੂੰਨ ਬਣਾ ਦਿੱਤਾ ਕਿ ਤੁਸੀਂ ਬਸਤੇ ਨਹੀਂ ਚੜ ਸਕਦੇ ਜਾਂ ਤੁਸੀਂ ਜਹਾਜ਼ ਤੇ ਨਹੀਂ ਚੜ ਸਕਦੇ ਇਤੋਂ ਬਿਨਾ ਤਾਂ ਫਿਰ ਆਪਾਂ ਸਾਰੇ ਪਛੜ ਜਾਵਾਂਗੇ। Hello my name is Abby I'm from Lake of California and today we're getting vaccinated here at the Sikh temple in Mantika. Um we think that it is very important for everyone to get their vaccinations not only are we protecting ourselves from covid we're also trying to help protect other people the young and the old। ਪਿਛਲੇ तकरीबन ਡੇਢ ਮਹੀਨੇ ਤੋਂ ਜਿਹੜਾ ਕੋਵਿਡ ਦੇ ਵੈਕਸੀਨੇਸ਼ਨ ਦਾ ਲੰਗਰ ਲੱਗਿਆ ਉਹਦੇ ਵਿੱਚ ਮੰਟੀਕਾ ਸਮੇਤ ਸਟਾਕਟਨ ਲੈਥਰੋਪ ਟ੍ਰੇਸੀ ਮਾਊਂਟੇਨ ਹਾਊਸ ਇਵਨ ਬੇਰੀਏ ਤੱਕ ਤੋਂ ਸੰਗਤਾਂ ਨੇ ਆ ਕੇ ਇਸ ਲੰਗਰ ਦਾ ਲਾਹਾ ਚੁੱਕਿਆ ਜੀ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਸਾਨੂੰ ਗੁਰੂ ਘਰ ਨੇ ਬਹੁਤ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਗੁਰਮਤ ਪ੍ਰਕਾਸ਼ ਮੰਟੀਕਾ ਦਮ ਨਾਮਿਤਕ ਸਾਲ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਤੋਂ ਬਰੋਸਾਈ ਹੋਈ ਦਮ ਨਮਿਤਕਸਾਲ ਉਹਨਾਂ ਦੇ ਮਹਾਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ ਹੋਏ ਆ ਉਹਨਾਂ ਦਾ ਯਾਦਗਾਰੀ ਸਥਾਨ ਹੈ ਇਹੋ ਇੱਥੇ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਕਰੋਨਾ ਦੇ ਵੈਕਸੀਨ ਲੱਗ ਰਹੇ ਆ ਤੇ ਕਾਫੀ ਸੰਗਤਾਂ ਨੇ ਇਸ ਤੋਂ ਲਾ ਲਿਆ ਹੈ ਸੋ ਅਸੀਂ ਵੀ ਇਹੋ ਵੈਕਸੀਨ ਲਵਾ ਲਏ ਆ ਪਹਿਲਾਂ ਅਸੀਂ ਵੀ ਬਹੁਤੇ ਅਵੇਅਰ ਨਹੀਂ ਸੀਗੇ ਇੱਥੇ ਤੇ ਇਹਨਾਂ ਸਿੰਘਾਂ ਨੇ ਸਾਨੂੰ ਦੱਸਿਆ ਵੀ ਸੌਖਾ ਹੀ ਕੰਮ ਆ ਪਰ ਐਡੀ ਕੋ ਗੱਲ ਨਹੀਂ ਹੁੰਦੀ ਕਹਿੰਦੇ ਪਹਿਲੇ ਟੀਕੇ ਨਾਲ ਬੁਖਾਰ ਚੜ ਜਾਂਦਾ ਇਦਾਂ ਹੁੰਦਾ ਕੁਝ ਹੁੰਦਾ ਸਾਨੂੰ ਨਾ ਪਹਿਲੇ ਨਾ ਕੋਈ ਪ੍ਰੋਬਲਮ ਆਈ ਨਾ ਦੂਸਰੇ ਵੈਕਸੀਨ ਨਾਲ ਕੋਈ ਪ੍ਰੋਬਲਮ ਨਹੀਂ ਆਈ ਹਾਂ ਮਾੜੀ ਮੋਟੀ ਕਈਆਂ ਨਾਲ ਹੁੰਦੀ ਭੱਜ ਟੁੱਟ ਪਰ ਸਾਡੇ ਇੱਥੇ ਸਾਰੇ ਸਿੰਘਾਂ ਦੇ ਵਿੱਚੋਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ। ਦੂਰ ਤੱਕ ਕਈ ਬਜ਼ੁਰਗ ਵੀ ਹੈਗੇ ਸੀਗੇ। ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਈ। ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਇਹੋ ਵੈਕਸੀਨ ਲੈਣ ਤਾਂ ਕਿ ਜਿੱਦਾਂ ਅਸੀਂ ਮੂੰਹ ਖੋਲ ਕੇ ਘੁੰਮਣ ਦੀ ਟਰਾਈ ਕਰਦੇ ਆਂ। ਸੋ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਯੂਐਸਏ ਦੇ ਵਿੱਚ ਸਭ ਤੋਂ ਪਹਿਲਾਂ ਦੁਨੀਆ ਦੇ ਵਿੱਚ 50% ਲੋਕਾਂ ਨੇ ਇਹ ਵੈਕਸੀਨ ਤਕਰੀਬਨ ਲਵਾ ਲਿਆ। ਸੋ ਜਿਹੜੇ ਲੋਕੀ ਰਹਿੰਦੇ ਆ ਸਾਡੇ ਵਰਗੇ ਜਿਹੜੇ ਡਰਦੇ ਵੀ ਆ ਉਹਨਾਂ ਨੂੰ ਬਹੁਤੀ ਡਰਨ ਦੀ ਲੋੜ ਨਹੀਂ ਗਈ ਕੋਈ ਖਾਸ ਗੱਲ ਨਹੀਂ ਹੈ। ਸੋ ਇਹ ਵੈਕਸੀਨ ਦੇ ਸਬੰਧ ਵਿੱਚ ਬਹੁਤ ਹੀ ਸੇਵਾ ਭਾਈ ਪਰਮੰਦਰ ਸਿੰਘ ਜੀ ਆ ਸਾਡੇ ਨਾਲ ਇਹਨਾਂ ਨੇ ਕਾਫੀ ਇਹਦੇ ਵਿੱਚ ਸੇਵਾ ਨਿਭਾਈਆਂ ਆ ਤੇ ਉਸ ਤੋਂ ਪਹਿਲਾਂ ਮੈਂ ਜਸ ਪੰਜਾਬੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਵੈਕਸੀਨ ਦੇ ਸਬੰਧ ਵਿੱਚ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਥਾਂ ਪ੍ਰਥਾਨ ਜਾ ਕੇ ਸੋ ਲੋਕਾਂ ਨੂੰ ਮੈਸੇਜ ਦਿੱਤੇ ਆ ਕਿ ਵੈਕਸੀਨ ਲਵਾਓ ਛੇਤੀ ਛੇਤੀ ਤਾਂ ਕਿ ਅਸੀਂ ਇਸ ਕਰੋਨਾ ਦੀ ਗੁਲਾਮੀ ਤੋਂ ਆਜ਼ਾਦ ਹੋਈਏ। ਤੋਂ ਸਾਰੀਆਂ ਸੰਗਤਾਂ ਨੂੰ ਮੇਰੀ ਫਿਰ ਦੁਬਾਰਾ ਬੇਨਤੀ ਹੈ ਕਿ ਜਿਨ੍ਹਾਂ ਨੇ ਲਵਾਏ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਲਵਾਏ ਉਹ ਜਲਦੀ ਤੋਂ ਜਲਦੀ ਇਹ ਵੈਕਸੀਨ ਪ੍ਰਾਪਤ ਕਰਨ ਫ੍ਰੀ ਹੈ ਤੇ ਅਸੀਂ ਸੁਜੋਵ ਵੀ ਕਰਦੇ ਹਾਂ ਜੇ ਕਿਸੇ ਨੂੰ ਪੰਜਾਬੀ ਅੰਗਰੇਜ਼ੀ ਕੋਈ ਨਹੀਂ ਆਉਂਦੀ ਸੋ ਉਹ ਸਾਡੇ ਕੋਲ ਹੈਲਪ ਲੈ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ